ਅਸਲਾਮ ਵਾਲੇਕਮ ਜੀ, ਵੈਲਕਮ ਟੂ ਮਾਨ ਖਾਨ ਕਿਚਨ। ਸਭ ਤੋਂ ਪਹਿਲਾਂ ਜਿਹਨਾਂ ਭਾਈਆਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰੋ। ਅੱਜ ਇਹ ਭਜਨ ਈਦ ਆਫਰ ਲਾ ਰਹੇ ਹਾਂ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ, ਅਤੇ ਬਾਕੀ ਲੋਕ ਮੰਨਣਗੇ ਕਿ ਈਦ ਆਫਰ ਹੈ। ਅਤੇ ਬਹੁਤ ਸਪੈਸ਼ਲ ਕਬੂਤਰ, ਜੇ ਵਾਕਈ ਬਹੁਤ ਸਪੈਸ਼ਲ ਕਬੂਤਰ ਨੇ ਹਾਫਾ ਸਾਹਿਬ ਵਾਲੇ, ਕੋਈ ਸ਼ੱਕ ਨਹੀਂ ਇਸ ਵਿੱਚ। ਉਹਨਾਂ ਦੇ ਬੱਚੇ ਵੀ ਮਾਸ਼ਾਅੱਲਾ ਬੜੇ ਕਮਾਲ ਦੇ ਨੇ, ਸਿਆਣਾ ਭੱਲੋ, ਹੱਡੀ ਜੋੜ ਲਓ, ਵਜੂਦਾਂ ਲਓ। ਅਤੇ ਇਹ ਭਜਨ 600 ਰੁਪਏ ਪਰ ਕਬੂਤਰ ਦੇ, ਟੋਟਲ 10 ਜੋੜੇ, ਜੇ ਨਰ ਮਾਦੀਆਂ ਬਿਲਕੁਲ ਬਰਾਬਰ ਨੇ। ਮੈਂ ਜੋੜਾ ਜੋੜਾ ਕਰਕੇ ਨਹੀਂ ਦਿਖਾਵਾਂਗਾ, ਲੇਕਿਨ ਤੁਸੀਂ ਜਿਹੜਾ ਮਰਜ਼ੀ ਇੱਕ ਜੋੜਾ ਲਾ ਸਕਦੇ ਹੋ। ਅੱਛੇ ਜੋੜੇ ਨੇ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਵੀ ਜੋੜੇ ਲੱਗੇ ਵੀ ਹੈ ਜੇ, ਅਤੇ ਵਿੱਚ ਲਾਣੇ ਵਾਲੇ ਨੇ। ਜਿਹੜਾ ਮਰਜ਼ੀ ਤੁਸੀਂ ਲਾਓ, ਜਿਹੜਾ ਮਰਜ਼ੀ ਬਿਲਕੁਲ ਲਾ ਸਕਦੇ ਹੋ। ਅਤੇ ਬਾਕੀ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਜਿਹੜੇ ਕੋਈ ਜੋੜੇ ਲੱਗੇ ਸੀ, ਬਾਕੀ ਉਹ ਮੈਂ ਸਾਈਡ 'ਤੇ ਰੱਖੇ ਨੇ, ਇਨਸ਼ਾਅੱਲਾ ਵੇਚਾਂਗਾ ਜ਼ਰੂਰ, ਈਦ ਤੋਂ ਬਾਅਦ ਵੇਚਾਂਗਾ ਜਾਂ ਜਿਸ ਤਰ੍ਹਾਂ ਵੇਚਾਂਗਾ। ਕਿਉਂਕਿ 5 ਜੋੜੇ ਜਿਹੜੇ ਮੈਂ ਭੇਜ ਦਿੱਤੇ ਸੀ, ਵੀ ਜਿਹੜੇ ਸਟਾਫ ਦੇ ਜੋੜੇ ਸੀ, 5 ਜੋੜੇ ਸੀ, ਭਾਈ ਆਸਫ ਨੇ ਭੇਜ ਦਿੱਤੇ ਨੇ ਇੱਕ, ਹੁਣ 7 ਜੋੜੇ ਮੇਰੇ ਕੋਲ ਪਏ ਨੇ। ਉਹ ਅੱਲਾਹ ਦੇ ਹੁਕਮ ਨਾਲ 30,000 ਰੁਪਏ ਦੇ ਜੋੜੇ ਨੇ, ਉਹ ਬਹੁਤ ਟਾਪ ਦੇ ਨੇ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਇੰਨੇ ਟਾਪ ਦੇ ਨੇ ਕਿ ਜਿਹਨਾਂ ਸ਼ੱਕ ਸ਼ੁਬਾ ਨਹੀਂ ਹੈ, ਬਿਲਕੁਲ ਵੀ ਰੱਤੀ ਬਰਾਬਰ ਵੀ ਤੁਸੀਂ ਕਹੋ ਨਾ ਕਿ ਸ਼ੱਕ ਸ਼ੁਬਾ ਨਹੀਂ ਹੈ। ਉਹ 30,000 ਰੁਪਏ ਦੇ ਜੋੜੇ ਨੇ, 7 ਜੋੜੇ ਜੇ, ਉਹ ਇਨਸ਼ਾਅੱਲਾ ਈਦ ਤੋਂ ਬਾਅਦ ਲਾਵਾਂਗਾ, ਹੁਣ ਮੈਂ ਨਹੀਂ ਲਾਵਾਂਗਾ। ਅਤੇ ਫਿਲਹਾਲ ਮੈਂ ਈਦ ਆਫਰ ਲਾ ਰਿਹਾ, ਇੱਕ ਕਬੂਤਰ ਮੈਂ ਲਾਣੇ ਸੀ 800 ਤੋਂ 1,000 ਰੁਪਏ ਪਰ, ਲੇਕਿਨ ਇਨਸ਼ਾਅੱਲਾ ਈਦ ਵਾਸਤੇ ਮੈਂ ਕੰਮ ਲਾ ਰਿਹਾ, ਆਪਣਾ ਮੁਨਾਫਾ ਸ਼ਨਾਫਾ ਵੀ ਨਹੀਂ ਲਾ ਰਿਹਾ, ਬਿਲਕੁਲ ਸਮਝੋ ਕਿ ਖਰਚੇ ਵੀ ਛੋੜ ਰਿਹਾ, ਬਿਲਕੁਲ ਖਰਚੇ ਸ਼ਰਚੇ ਛੋੜ ਰਿਹਾ। ਇਸ ਵਾਸਤੇ ਕਿ ਚਲੋ ਭਾਈਆਂ ਨੇ ਲੂਟ ਮਾਰ ਆਫਰ ਹੋ ਜਾਏ, ਈਦ ਆਫਰ ਲੱਭ ਜਾਵੇ, ਉਸ ਭਾਈ ਕੋਲ ਚਲੇ ਜਾਣ। ਚਲੋ ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਹੁਣ ਤੁਹਾਨੂੰ ਸ਼ੋਅ ਕਰਾਉਂਦਾ, ਉਮੀਦ ਕਰਨਾ ਤੁਹਾਨੂੰ ਪਸੰਦ ਆਉਣਗੇ, ਬੜੇ ਸਪੈਸ਼ਲ ਕਿਸਮ ਦੇ ਕਬੂਤਰ ਜੇ, ਇਨਸ਼ਾਅੱਲਾ ਅੱਲਾਹ ਦੇ ਹੁਕਮ ਨਾਲ ਇਹਨਾਂ ਨਾਲ ਦੇ ਕਬੂਤਰ ਤੁਹਾਨੂੰ ਹੀ ਮਿਲਣ ਲੱਗੇ ਇਨਸ਼ਾਅੱਲਾ। ਇਹ ਵੇਖੋ ਮਾਸ਼ਾਅੱਲਾ, ਟੈਡੀ ਕਰਾਸ ਕਬੂਤਰ ਜੇ, ਪਰ ਵੇਖ ਲਓ ਦੁਮ ਤੱਕ ਪਰ ਜੇ ਮਾਸ਼ਾਅੱਲਾ, ਵੇਖ ਲਓ ਹਾਫਾ ਸਾਹਿਬ ਦਾ ਵੱਡਾ ਟੈਡੀ ਕਬੂਤਰ ਮੈਂ ਵਿੱਚ ਪਾ ਦਿੱਤਾ ਜੀ, ਮਾਸ਼ਾਅੱਲਾ ਬੜਾ ਅੱਛਾ ਕਬੂਤਰ ਜੇ। ਇਹ ਤੁਸੀਂ ਪਰਿਵਾਰ ਹੀ ਰੱਖਣਾ ਚਾਹੋ, ਪਰਿਵਾਰ ਵੱਲ ਵੀ ਕਰ ਸਕਦੇ ਹੋ, ਬਰੀਡਿੰਗ ਵੱਲ ਵੀ ਲੈਣਾ ਚਾਹੋ ਕਬੂਤਰ, ਬਰੀਡਿੰਗ ਵੱਲ ਵੀ ਕਰ ਸਕਦੇ ਹੋ। ਮਾਸ਼ਾਅੱਲਾ ਬੜੇ ਸਪੈਸ਼ਲ ਕਿਸਮ ਦੇ ਕਬੂਤਰ ਜੇ, ਬੜੇ ਸਪੈਸ਼ਲ ਕਿਸਮ ਦੇ ਕਬੂਤਰ ਭਾਈ ਜੀ, ਸਿਰਫ 600 ਰੁਪਏ ਪਰ, ਬਰੀਡਰ ਪਲੱਸ ਪਰਵਾਜ਼ੀ ਸਾਡੀ ਤਰਫੋਂ, ਸਿਰਫ ਬਰੀਡਿੰਗ ਵਾਲੇ ਜੇ, ਤੁਸੀਂ ਪਰਵਾਜ਼ੀ ਰੱਖਣਾ ਚਾਹੋ ਪਰਵਾਜ਼ੀ ਰੱਖ ਸਕਦੇ ਹੋ, ਕਿ ਹੱਡੀ ਜੋੜ ਲਓ ਮਜ਼ਬੂਤ ਜੇ, ਉਹ ਸਾਡੀ ਗਰੰਟੀ ਜੇ। ਅੱਜ ਵੀ ਉਹਨਾਂ ਨੇ ਜੋੜਾਂ ਦਾ ਇੱਕ ਬੱਚਾ ਬਾਹਰ ਨਿਕਲ ਗਿਆ ਜੇ, ਸੁਬਾਹ ਦਾ ਜ਼ਲੀਲ ਹੋ ਰਿਹਾ ਜੇ, ਆਉਂਦਾ ਜੇ ਬਾਰ ਬਾਰ ਸਾਡੀ ਛੱਤ, ਇਸ ਗਰਮੀ 'ਚ ਸੁਬਾਹ ਦਾ ਜ਼ਲੀਲ ਹੋ ਰਿਹਾ ਜੇ। ਇਹਨਾਂ ਦੇ ਬੱਚੇ ਉੱਡਦੇ ਜੇ, ਇਨਸ਼ਾਅੱਲਾ ਅੱਲਾਹ ਦੁਕਮ ਨਾਲ ਇਹਨਾਂ ਦੇ ਉੱਡਣਗੇ, ਅਤੇ ਇਹਨਾਂ ਦੇ ਉੱਡਦੇ ਜੇ। ਚੈੱਕ ਕਰਨਾ ਫੋਨ ਕਿਹਦਾ, ਠੀਕ ਹੈ, ਇਹ ਵੇਖ ਲਓ ਮਾਸ਼ਾਅੱਲਾ।
ਵੇਖ ਲਓ ਹੁਣ ਕਬੂਤਰ ਮਾਸ਼ਾਅੱਲਾ। ਜੀ ਮਾਸ਼ਾਅੱਲਾ ਇਹ ਕਬੂਤਰ ਵੇਖ ਲਓ, ਕਿਆ ਬਾਤ ਹੈ ਪਾਰਕ ਦਾ। ਇਨਸ਼ਾਅੱਲਾ ਉੱਡਣੇ ਦੀ ਤਰਫੋਂ ਇਹਨਾਂ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਜੇ, ਦੇਸੀ ਕਬੂਤਰ ਜੇ ਸਾਰੇ। ਵੇਖੋ ਮਾਸ਼ਾਅੱਲਾ ਸਪੈਸ਼ਲ ਕਿਸਮ ਦੇ ਤਿਆਰ ਹੋਏ ਜੇ। ਪੱਠੀਆਂ ਪੱਠੇ ਬਰਾਬਰ ਜੇ ਬਿਲਕੁਲ, ਮਤਲਬ ਕੋਈ ਸ਼ੱਕ ਸ਼ੁਬਾ ਕੋ ਨਹੀਂ ਗੇ। 10 ਨਰ 10 ਮਾਦੀਆਂ ਜੇ ਮੁਕੰਮਲ। ਇਹ ਮਾਦੀ ਜੇ ਵਿੱਚ ਮਾਸ਼ਾਅੱਲਾ ਬੜੀ ਸਪੈਸ਼ਲ, ਬੜੀ ਸਪੈਸ਼ਲ ਮਾਦੀ ਜੇ। ਇਸ ਨੂੰ ਜਿਸ ਨਾਲ ਮਰਜ਼ੀ ਲਾ ਲਵੇ ਹੈ, ਰਿਜ਼ਲਟ ਮਿਲੇਗਾ ਜੀ ਇਨਸ਼ਾਅੱਲਾ। ਇਹ ਮੇਰੀ ਗਰੰਟੀ ਜੇ। ਮਾਸ਼ਾਅੱਲਾ ਕਿਆ ਬਾਤ ਹੈ, ਬੜੀ ਸਪੈਸ਼ਲ ਮਾਦੀ ਜੇ। ਇਸ ਨੂੰ ਬੇਸ਼ੱਕ ਤੈਰੀ ਕਬੂਤਰ ਨਾਲ ਲਾ ਲਓ। ਜਾਂ ਦੂਸਰੇ ਨੰਬਰ ਜਿਹੜਾ ਕਾਸ਼ੀਰਾ ਕਬੂਤਰ ਬੈਠਿਆ ਜੇ, ਉਸ ਨਾਲ ਲਾ ਲਓ। ਇਹਦਾ ਪਹਿਲੇ ਨੰਬਰ 'ਤੇ 34 ਨੰਬਰ ਕਬੂਤਰ, ਜਿਸ ਨਾਲ ਵੀ ਲਾ ਸਕਦੇ ਹੋ। ਵੇਖੋ ਮਾਦੀ ਦੀ ਖਲੋਣੀ। ਤੁਹਾਨੂੰ ਦੱਸਿਆ ਕਿ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਮਜ਼ਾ ਆਵੇਗਾ ਤੁਹਾਨੂੰ ਕਬੂਤਰਾਂ ਦਾ। ਬੇਮਜ਼ੇ ਕਬੂਤਰ ਨਹੀਂ ਜੇ ਇਹ, 600 ਰੁਪਏ ਪਰ। ਇਸ ਵਾਸਤੇ ਨਹੀਂ ਕਿ ਇਹ, ਲੇਕਿਨ ਇਸ ਵਾਸਤੇ ਨਹੀਂ ਕਿ ਸਿਰਫ ਈਦ ਆਫਰ ਹੈ। ਇਹ ਹਰ ਦਫ਼ਾ ਮੈਂ ਈਦ ਆਫਰ ਚੰਗੀ ਲਾਉਂਦਾ। ਲਓ ਜੀ ਮਾਸ਼ਾਅੱਲਾ ਇਹ ਵੀ ਮਾਦੀ ਜੇ। ਅੱਖ ਦਾ ਨੂਰ ਵੇਖ ਲਓ ਮਾਸ਼ਾਅੱਲਾ, ਬੜਾ ਟਾਪਦਾ। ਇਨਸ਼ਾਅੱਲਾ ਸਰ ਇਹ ਜਿਹੜੇ ਕਬੂਤਰ ਤੁਹਾਨੂੰ ਦੇ ਰਹੇ ਹਾਂ ਈਦ ਆਫਰ ਸਪੈਸ਼ਲ ਜੇ, ਇਹ ਵੀ ਟੈਡੀ ਕਬੂਤਰ ਜੇ ਮਾਸ਼ਾਅੱਲਾ ਕ੍ਰਾਸ ਵਿੱਚ ਜੇ। ਭਾਈ 600 ਵਿੱਚ ਪਿਓਰ ਨਹੀਂ ਮਿਲਦਾ, ਲੇਕਿਨ ਅੱਛਾ ਕ੍ਰਾਸ ਵਿੱਚ। ਉੱਨੇ ਦੇ ਅੱਖ 'ਚ ਬਿਹਤਰ ਹੈ, ਇਹ ਵੇਖ ਲਓ ਮਾਸ਼ਾਅੱਲਾ ਬੜਾ ਬਿਹਤਰੀਨ ਕਬੂਤਰ। ਇਹ ਮਾਦੀ ਤੁਹਾਨੂੰ ਸਭ ਤੋਂ ਗੰਦੀ ਲੱਗੇਗੀ, ਸਭ ਤੋਂ ਗੰਦੀ ਮਾਦੀ, ਲੇਕਿਨ ਮੇਰੀ ਇਸ 'ਤੇ ਮੁਕੰਮਲ ਗਰੰਟੀ ਜੇ ਭਾਈ। ਇਹ ਇਸ ਦੀ ਦੁੰਬ ਜੇ 100% ਮੇਰੀ ਗਰੰਟੀ ਜੇ ਭਾਈ। ਇਹ ਜਿੱਥੇ ਮਰਜ਼ੀ ਉਡਾ ਲਓ, ਜਿੱਥੇ ਮਰਜ਼ੀ ਜੁੜੇ ਪਾਓ, ਅਗਰ ਇਹ ਮਾਦੀ ਕੰਮ ਨਾ ਕਰੇ ਨੁਮਾਨ ਖਾਨ ਚੈਨਲ ਬੰਦ ਕਰ ਦੇਗਾ ਜੇ। ਇਹ ਮਾਦੀ ਮੇਰਾ ਤਜਰਬਾ, ਜ਼ਾਤੀ ਤਜਰਬਾ ਕਹਿੰਦਾ ਕਿ ਇਹ ਮਾਦੀ ਬੜੀ ਕਮਾਲ ਦੀ ਜੇ, ਬੜੀ ਕਮਾਲ ਦੀ ਮਾਦੀ ਜੇ। ਇਹ ਹੁਣ ਕਿਉਂ ਕਮਾਲ ਦੀ ਜੇ, ਇਸ ਦੀ ਤੁਹਾਨੂੰ ਮੈਂ ਵਜੂਹਾਤ ਵੀ ਦੱਸ ਦਿੰਦਾ। ਪਹਿਲੀ ਵਜੂਹਾਤ ਰੇਸ਼ਮ ਜੇ, ਦੂਜੀ ਵਜੂਹਾਤ ਇਹ ਚੈੱਕ ਕਰੋ, ਇਹ ਚੈੱਕ ਕਰੋ ਮਾਸ਼ਾਅੱਲਾ। ਤੀਜੀ ਵਜੂਹਾਤ 3 ਪਰ ਬੜੇ ਘੱਟ ਮੁਕੰਮਲ ਹੁੰਦੇ ਜੇ। ਇਹ ਵੇਖੋ ਬੜੇ ਘੱਟ ਮੁਕੰਮਲ ਕਬੂਤਰਾਂ ਦੇ ਹੁੰਦੇ ਜੇ। ਪੱਕੇ ਵਜੂਦ ਦੀ ਪੱਕੀ ਅੱਖ, ਪੱਕਾ ਰੰਗ, ਬੜੀ ਡਾਢੀ ਮਾਦੀ ਜੇ।
ਹੱਡੀ ਜੋੜ ਮੁਕੰਮਲ ਪੂਰਾ ਬੜੀ ਲੈਵਲ ਦੀ ਮਾਦੀ ਜੀ ਹੈ ਤੁਹਾਡਾ, ਇੱਕ ਜੋੜਾ ਵੀ ਇਹਦੇ 'ਚ ਬਣ ਗਿਆ ਭਾਈ ਤੁਹਾਡਾ 12,000 ਰੁਪਏ ਪੂਰਾ ਜੀ। ਇਹ ਮੇਰੀ ਗਰੰਟੀ 'ਤੇ ਇਹ ਮਾਦੀ ਕਿਸੇ ਜੋੜੇ ਨਾਲ ਲਾ ਲਓ, ਜਿਸ ਮਰਜ਼ੀ ਜੋੜੇ ਨਾਲ ਲਾ ਲਓ, ਇਨ ਸ਼ਾ ਅੱਲਾਹ ਦੇ ਹੁਕਮ ਨਾਲ ਮੁਕੰਮਲ ਜੀ, ਸ਼ੱਕ ਸ਼ੁਬੇ ਵਾਲੀ ਮਾਦੀ ਨਹੀਂ ਜੀ। ਬਟੇਰੀ ਮਾਦੀ ਅੱਖ ਵੇਖ ਲਓ, ਪਰ ਵੇਖ ਲਓ ਮੁਕੰਮਲ ਭਾਈ। ਈਦ ਆਫਰ ਵਾਕਈ ਬਹੁਤ ਜ਼ਿਆਦਾ ਈਦ ਆਫਰ ਜੀ, ਇਹ ਵੇਖ ਲਓ ਇੰਝ ਦੇ ਕਬੂਤਰ ਲਿਆ ਕੇ ਵਿਖਾਓ ਮੈਨੂੰ 600, ਇਹ ਵੇਖ ਲਓ ਮਾਸ਼ਾਅੱਲਾ ਕਿਆ ਬਾਤ ਆ ਮਾਸ਼ਾਅੱਲਾ 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 ਕਿਆ ਬਾਤ ਹੈ, ਪੂਰਾ ਵਜੂਦ ਪੂਰੇ ਹੱਡੀ ਹਰ ਪਾਸੋਂ ਪੂਰਾ ਕਬੂਤਰ ਮਾਸ਼ਾਅੱਲਾ। ਗੋਲਡਨ ਮਾਦੀ ਹੁਣ ਪਤਾ ਨਹੀਂ ਕਿਸ ਜੋੜੇ ਨਾਲ ਲੱਗੀ ਜੇ, ਲੇਕਿਨ ਜਿਹੜਾ ਵੀ ਜੋੜਾ ਜੇ ਨਾ ਇਸਦਾ ਬੜਾ ਟਾਪ ਦਾ ਜੋੜਾ ਜੀ, ਇਸ ਤੇ ਬੱਚੇ ਵਿੱਚ ਆਏ ਵੀ ਹੈ ਜੀ, ਇਹ ਵੇਖ ਲਓ ਮਾਸ਼ਾ ਪਰ ਵੇਖ ਲਓ ਵੇਖੋ ਇਹਦਾ ਵੇਖੋ ਪਰਾਂ ਦੀ ਮਾਸ਼ਾਅੱਲਾ ਬੜੀ ਟਾਪ ਦੀ ਮਾਦੀ ਚ ਵੇਖੋ ਮਾਸ਼ਾਅੱਲਾ ਕਬੂਤਰ, ਇਨਸ਼ਾਅੱਲਾ ਭੁੱਖ ਲੈਣੇ ਵਾਲੇ ਕਬੂਤਰ ਜੇ, ਭੁੱਖ ਲਾਣੇ ਵਾਲੇ ਤੇ ਸਿਰਫ 600 ਰੁਪਏ ਪਰ। ਇਹ ਮਾਦੀ ਵੇਖ ਲਓ ਨੁਮਾਨ ਖਾਨ ਦੀ ਤਰਫੋਂ ਅੱਜ ਸਪੈਸ਼ਲ ਆਫਰ ਜੇ, 10 ਜੋੜੇ ਸਿਰਫ 12,000 ਰੁਪਏ ਦੇ, ਅੱਜ ਲੂਟ ਮਾਰ ਆਫਰ ਜੇ। ਇਹ ਚੈੱਕ ਕਰੋ ਮਾਸ਼ਾਅੱਲਾ ਕਿਆ ਬਾਤ ਹੈ ਕਬੂਤਰ ਦੀ, ਮਾਸ਼ਾਅੱਲਾ ਚੈੱਕ ਕਰ ਲਓ ਜਗ੍ਹਾ ਦੂਜਾ ਨਹੀਂ ਦੇਖੋ ਮਾਸ਼ਾਅੱਲਾ ਕਬੂਤਰ ਸਾਰੇ ਵੇਖੋ, ਵੇਖ ਲਓ ਸਾਰਿਆਂ ਦੇ ਖਿਲੋਣੀ ਭਾਈ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਇੱਕ ਦੂਜੇ ਨਾਲ ਵੱਧ ਕੇ ਬੜੇ ਟਾਪ ਲੈਵਲ ਦੇ ਕਬੂਤਰ ਜੇ, ਬੜੇ ਟਾਪ ਲੈਵਲ ਦੇ, ਬੜੇ ਟਾਪ ਲੈਵਲ ਦੇ ਵੇਖੇ ਜੇ, ਲੇਕਿਨ ਜਿੰਨਾ ਇਸ ਦਾ ਹੱਡੀ ਜੋੜੇ ਨਾ ਕਬੂਤਰ ਦਾ, ਉਨਾ ਕਿਸੇ ਦਾ ਘੱਟ ਹੀ ਹੋਏਗਾ ਜੇ। ਇਹ ਵੀ ਮਾਦੀ ਜੇ, ਜਿਸ ਨਾਲ ਮਰਜ਼ੀ ਠੋਕ ਦਿਓ, ਮੈਂ ਵਿਖਾਉਂਦਾ ਇਹ ਨਿਸ਼ਾਨੀ ਲੱਗੀ ਜੇ ਭਾਈ, ਤਿੰਨੋਂ ਪਰ ਬਰਾਬਰ ਜੇ,
ਵੇਖੋ ਮਾਸ਼ਾਅੱਲਾ, ਸ਼ੋਕ ਕਰੋ। ਮਹਿਮਾਨ ਖਾਂਦੇ ਹੁੰਦਿਆਂ ਕੋਈ ਬੰਦਾ ਇਹ ਨਹੀਂ ਕਵੇਗਾ ਕਿ ਯਾਰ ਸਾਨੂੰ ਕਬੂਤਰ ਚੰਗੇ ਨਹੀਂ ਲੱਭੇ, ਸਸਤੇ ਨਹੀਂ ਲੱਭੇ, ਚੰਗੇ ਨਹੀਂ ਲੱਭੇ। ਇਨਸ਼ਾਅੱਲਾ ਸਸਤੇ ਵੀ ਤੇ ਚੰਗੇ ਵੀ। ਇਹ ਪੱਠੀ ਜੇ ਭਾਈ ਬੜੀ ਕਮਾਲ ਦੀ, ਪੱਠੀ ਜੇ ਜੇ ਬੜੀ ਕਮਾਲ ਦੀ ਜੇ। ਵੇਖੋ ਜਾਨਵਰ ਇਨਸ਼ਾਅੱਲਾ ਦਿਲ ਨੂੰ ਖੁਸ਼ ਕਰਨ ਵਾਲੇ। ਇਹ ਵੇਖ ਲਓ ਬੜਾ ਬਰੀਡਰ ਕਬੂਤਰ ਜੇ, ਬਟੇਰਾ ਕਬੂਤਰ ਮਾਸ਼ਾਅੱਲਾ, ਬੜਾ ਸਪੈਸ਼ਲ ਕਬੂਤਰ ਜੇ। ਵੇਖ ਲਓ ਪਰ, ਵੇਖੋ ਚੂਹਿਆਂ ਚ ਮਾਦੀ ਬਣੀ ਜੇ ਮਾਸ਼ਾਅੱਲਾ। ਵੇਖੋ ਮਾਸ਼ਾਅੱਲਾ, ਸ਼ੋਕ ਕਰੋ। ਸ਼ੋਕ ਦਾ ਕੋਈ ਮੁੱਲ ਨਹੀਂ ਪਈ ਜਾਣ, ਇਨਸ਼ਾਅੱਲਾ ਅੱਲਾ ਦੇ ਕੋਲ ਨਾਲ ਐਸੇ ਜਾਨਵਰ ਤਾਂ ਕੋਈ ਨਹੀਂ ਬੰਦਾ ਕੋ ਦੇਣ ਲਗਾ। ਇਹ ਨੁਮਾਨ ਖਾਨ ਦੀ ਗਰੰਟੀ ਜੇ। ਇਹ ਵੇਖੋ ਮਾਸ਼ਾਅੱਲਾ ਕਿਆ ਬਾਤ ਹੈ। ਲਓ ਜੀ ਮਾਸ਼ਾਅੱਲਾ ਕਬੂਤਰ ਪੂਰੇ ਹੋਏ ਸਾਰੇ। ਇਨਸ਼ਾਅੱਲਾ ਸ਼ੋਕ ਕਰੋ, ਕਮਾਲ ਦੇ ਜਾਨਵਰ, ਬੜੇ ਕਮਾਲ ਦੇ। ਨੁਮਾਨ ਖਾਨ ਪਿਜਨਸ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ। ਅੱਲਾ ਹਾਫਿਜ਼।